ਬਲਵਿੰਦਰ ਕੌਰ ਜੋ ਦਾ ਪਰਸੋਂ ਬੜੀ ਬੇਰਹਿਮੀ ਦੇ ਨਾਲ ਉਹਦੇ ਸਹੁਰਾ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਜੀ। ਕਿਰਨ ਨਾਂ ਦੀ ਕੁੜੀ ਹੈ, ਗਲੋਬਲ ਹਸਪਤਾਲ ਬਠਿੰਡਾ, ਜਿਹਦੇ ਨਾਲ ਕਿਹਦੇ ਨਜਾਇਜ਼ ਸੰਬੰਧ ਬਣੇ ਹੋਏ ਆ। ਉਦੋਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ, ਵਾਰ ਵਾਰ ਗੁੱਡੀ ਨੂੰ 10 ਲੱਖ ਦੀ ਲੋਨ ਦੀ ਉਹ ਕਰ ਰਿਹਾ ਸੀ ਮੰਗ, ਵੀ ਮੈਨੂੰ 10 ਲੱਖ ਦਾ ਲੋਨ ਕਰਵਾ ਲਏ। ਲੋਨ ਕਰਵਾਉਣ ਤੋਂ ਅਸੀਂ ਇਨਕਾਰ ਕਰ ਰਹੇ ਸੀ ਵੀ ਇਹ ਕੱਲ੍ਹ ਨੂੰ ਫਰਾਰ ਹੋ ਜਾਣਗੇ ਅਤੇ ਤੈਨੂੰ ਲੋਨ ਭਰਨਾ ਔਖਾ ਹੋ ਜੂਗਾ। ਅਸੀਂ ਬਾਰ ਬਾਰ ਇਹੀ ਮੰਗ ਕਰ ਰਹੇ ਹਾਂ ਵੀ ਉਹਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਫੜਿਆ ਜਾਵੇ। ਉਹ ਗੁੱਡੀ ਨੇ ਰੋ ਕੇ ਕਿਹਾ ਵੀ ਡੈਡੀ ਮੈਨੂੰ ਲੈ ਜਾਓ ਵੀ ਮੈਨੂੰ ਮਾਰ ਦੇਣਗੇ। ਜਦੋਂ ਮੈਂ ਲੈਣ ਗਿਆ ਤਿੰਨਾਂ ਨੇ ਉੱਥੇ ਬੰਦੇ ਇਕੱਠੇ ਕਰ ਲਏ ਅਤੇ ਬੰਦੇ ਇਕੱਠੇ ਕਰਕੇ ਮੈਨੂੰ ਮਾਰਨ ਪੈ ਗਏ। ਇਹਦਾ ਸਾਡੇ ਇੱਕ ਪਿੰਡ ਦੇ ਵਿੱਚੋਂ ਮੋਹਤਬਰ ਬੰਦੇ ਨੂੰ ਫੋਨ ਆਇਆ ਉੱਥੋਂ ਲਾਲਬਾਈ ਤੋਂ ਕਿ ਤੁਹਾਡੀ ਗੁੱਡੀ ਡੈਥ ਹੋ ਚੁੱਕੀ ਹੈ, ਕਿ ਅਟੈਕ ਹੋ ਗਿਆ ਇਹਨੂੰ, ਅਤੇ ਅਟੈਕ ਉਹਨੂੰ ਕਿਵੇਂ ਹੋ ਗਿਆ ਜੀ? ਅਟੈਕ ਤਾਂ ਗੁੱਡੀ ਦਾ ਮਾਰ ਕੇ ਇਹਨਾਂ ਨੇ ਰਾਤ ਨੂੰ ਡੈਡ ਬੋਡੀ ਬਠਿੰਡਾ ਛੱਡ ਕੇ ਹਸਪਤਾਲ ਦੇ ਵਿੱਚ। ਮੇਰਾ ਨਾਮ ਮਨਜੀਤ ਕੌਰ ਹੈ ਜੀ, ਮੈਂ ਕੰਦੂਖੇੜਾ ਜੋਬ ਕਰਦੀ ਹਾਂ ਅਤੇ ਬਲਾਕ ਜਿਹੜਾ ਅਸੀਂ ਲੰਬੀ ਦੇ ਵਰਕਰ ਆ ਜੀ ਸਾਰੇ ਆ ਜਿਹੜੇ। ਸਾਡੀ ਜਿਹੜੀ ਸਾਥਣ ਸੀਗੀ ਬਲਵਿੰਦਰ ਕੌਰ, ਜਿਹੜੀ ਕਿ ਲੁਹਾਰਾ ਪਿੰਡ ਅਤੇ ਘੁਮਿਆਰਾ ਪਿੰਡ ਵਿੱਚ ਕੰਮ ਕਰਦੀ ਸੀਗੀ, ਉਹਦਾ ਪਰਸੋਂ ਬੜੀ ਬੇਰਹਿਮੀ ਦੇ ਨਾਲ ਉਹਦੇ ਸਹੁਰਾ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਜੀ। ਅਤੇ ਜੋ ਵੀ ਕਾਤਲ ਨੇ ਉਹ ਹਜੇ ਤੱਕ ਵੀ ਮਤਲਬ ਕਿ ਸ਼ਰੇਆਮ ਇੱਧਰ ਉੱਧਰ ਘੁੰਮ ਰਹੇ ਨੇ, ਉਹਨਾਂ ਨੂੰ ਕੋਈ ਉਹਨਾਂ 'ਤੇ ਕਾਰਵਾਈ ਨਹੀਂ ਹੋਏਗੀ। ਜਦਕਿ ਕੇਸ ਤਾਂ ਕਤਲ ਦਾ ਹੈ ਅਤੇ ਉਹਨੂੰ ਜ਼ਬਰਦਸਤੀ ਇਹ ਬਣਾ ਰਹੇ ਨੇ ਕਿ ਉਹਨੇ ਸੁਸਾਈਡ ਕੀਤਾ ਹੈ। ਅਸੀਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ, ਅਸੀਂ ਸੁਬਹਾ ਦੇ ਇੱਥੇ ਆਏ ਹੋਏ ਹਾਂ, ਅੱਜ ਅਸੀਂ ਛੁੱਟੀ ਲਈ ਹੋਈ ਹੈ, ਅਸੀਂ ਬਾਰ ਬਾਰ ਇਹੀ ਮੰਗ ਕਰ ਰਹੇ ਹਾਂ ਵੀ ਉਹਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਫੜਿਆ ਜਾਵੇ। ਅਗਰ ਉਹਨਾਂ ਦੇ ਕਾਤਲਾਂ ਨੂੰ ਨਹੀਂ ਫੜਿਆ ਜਾਊਗਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਕਦਮ ਹੈ ਜਿਹੜਾ ਫਿਰ ਉਹ ਆਪਣੇ ਹਿਸਾਬ ਨਾਲ ਫਿਰ ਦੇਖਾਂਗੇ ਵੀ ਅਸੀਂ ਅਗਲਾ ਕਦਮ ਕੀ ਲਵਾਂਗੇ। ਅਸੀਂ ਜਿਹੜਾ ਪੂਰਾ ਮੁਕਤਸਰ ਜ਼ਿਲ੍ਹਾ ਇੱਥੇ ਆਏ ਹੋਏ ਹਾਂ, ਮੰਗ ਸਾਡੀ ਇਹੀ ਹੈ ਜੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਪਰਚਾ ਕੱਟਿਆ ਜਾਵੇ। ਹਾਂਜੀ, 302 ਦਾ ਪਰਚਾ ਹੋਵੇ, 5 ਜਣਾਂ ਤੇ ਪਰਚਾ ਹੋਵੇ, ਬਲਕਿ ਇਹਦੇ ਵਿੱਚ ਜਿਹੜੀ ਉਹਦੀ ਜਿਹਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ, ਕਿਰਨਜੀਤ ਕੌਰ ਹੈ ਜਿਹੜੀ, ਉਹਨੂੰ ਵੀ ਨਾਲ ਮਤਲਬ ਕਿ ਜਿਹੜੀ ਬਣਦੀ ਉਹਦੇ ਤੇ ਕਾਰਵਾਈ ਬਣ ਕੇ ਕਰੀ ਜਾਵੇ। ਨਹੀਂ ਜੀ, ਉਹਨਾਂ ਚਿਰ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਮੇਰਾ ਨਾਂ ਕ੍ਰਿਸ਼ਨ ਕੁਮਾਰ ਹੈ ਜੀ, ਪਿੰਡ ਬੱਲੂਆਣਾ, ਜ਼ਿਲ੍ਹਾ ਬਠਿੰਡਾ ਜੀ। ਮੇਰੀ ਗੁੱਡੀ ਜੀ 2012 ਦੇ ਵਿੱਚ ਮੈਰਿਜ ਕੀਤੀ ਜੀ ਲਾਲਬਾਈ ਬਲਜਿੰਦਰ ਸਿੰਘ ਸਨ ਆਫ ਸੁਖਦੇਵ ਸਿੰਘ ਜੀ, ਜਿਸ ਦੇ ਕਿ 2 ਬੱਚੇ ਹੈ, ਦੋ ਸਵਾ ਦੋ ਸਾਲ ਦਾ ਲੜਕਾ ਜੀ, 6 ਸਾਲ ਦੀ ਗੁੱਡੀ ਹੈ। ਅਤੇ 3-4 ਸਾਲ ਤੋਂ ਇਹ ਪਰੇਸ਼ਾਨ ਕਰ ਰਿਹਾ ਸੀ, ਕਿਰਨ ਨਾਂ ਦੀ ਕੁੜੀ ਹੈ, ਗਲੋਬਲ ਹਸਪਤਾਲ ਬਠਿੰਡਾ, ਜਿਹਦੇ ਨਾਲ ਕਿਹਦੇ ਨਜਾਇਜ਼ ਸੰਬੰਧ ਬਣੇ ਹੋਏ ਆ। ਉਦੋਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ, ਵਾਰ ਵਾਰ ਗੁੱਡੀ ਨੂੰ 10 ਲੱਖ ਦੀ ਲੋਨ ਦੀ ਉਹ ਕਰ ਰਿਹਾ ਸੀ ਮੰਗ, ਵੀ ਮੈਨੂੰ 10 ਲੱਖ ਦਾ ਲੋਨ ਕਰਵਾ ਲਏ। ਲੋਨ ਕਰਵਾਉਣ ਤੋਂ ਅਸੀਂ ਇਨਕਾਰ ਕਰ ਰਹੇ ਸੀ ਵੀ ਇਹ ਕੱਲ੍ਹ ਨੂੰ ਫਰਾਰ ਹੋ ਜਾਣਗੇ ਅਤੇ ਤੈਨੂੰ ਲੋਨ ਭਰਨਾ ਔਖਾ ਹੋ ਜੂਗਾ। ਉੱਥੋਂ ਬਸ ਵਾਰ ਵਾਰ ਕਈ ਵਾਰ ਪੰਚਾਇਤਾਂ ਇਕੱਠੀਆਂ ਹੋਈਆਂ, ਪੰਚਾਇਤਾਂ ਦੇ ਵਿੱਚ ਸਾਡਾ ਕਈ ਵਾਰ ਸਮਝੌਤਾ ਹੋਇਆ। ਜਦੋਂ ਪੰਚਾਇਤਾਂ ਕਹਿ ਦਿੰਦੀਆਂ ਸੀ ਕੁੜੀ ਦਾ ਕੰਮ ਹੈ ਬਾਈ ਭੇਜ ਦਿਓ, ਮੈਂ 3-4 ਵਾਰ ਪੰਚਾਇਤ ਦੇ ਕਹਿਣ 'ਤੇ ਭੇਜਿਆ। ਇੱਕ ਵਾਰ ਗਿੱਦੜਵਾ ਥਾਣੇ ਦੇ ਵਿੱਚ ਵੀ ਸਾਡਾ ਸਮਝੌਤਾ ਹੋਇਆ, ਜਿਸ ਦੀ ਲਿਖਤ ਮੇਰੇ ਪਾਸ ਹੈ ਉਹਦੀ, ਅਤੇ ਉਸ ਤੋਂ ਬਾਅਦ ਮੈਂ ਭੇਜ ਦਿੱਤਾ। ਜੋ ਕਿ 17 ਮਈ ਨੂੰ ਮੈਂ ਫੋਨ ਕਰ ਰਿਹਾ ਸੀ, ਮੇਰੇ ਲੜਕੇ ਦੀ 20 ਮਈ ਦੀ ਮੈਰਿਜ ਸੀ, ਕਿ ਜਿੱਥੇ ਕਿ ਇਹਨਾਂ ਨੇ ਫੋਨ ਨਹੀਂ ਚੱਕਿਆ, ਕਿਸੇ ਨੇ ਵੀ ਫੋਨ ਬੰਦ ਆ ਰਿਹਾ ਸੀ। ਜਦੋਂ ਫੋਨ ਬੰਦ ਆਉਣ ਦੇ ਕਾਰਨ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ, ਲਾਲਬਾਈ, ਮੈਂ ਕਿਹਾ ਜੀ ਸਾਡੇ ਫੋਨ ਨਹੀਂ ਚੱਕ ਰਹੀ, ਉਹਨਾਂ ਨੇ ਜਾ ਕੇ ਫਿਰ ਗੱਲ ਕਰਵਾਈ ਦੇ ਸਹੁਰੇ ਨਾਲ। ਉਹ ਗੁੱਡੀ ਨੇ ਰੋ ਕੇ ਕਿਹਾ ਵੀ ਡੈਡੀ ਮੈਨੂੰ ਲੈ ਜਾਓ ਵੀ ਮੈਨੂੰ ਮਾਰ ਦੇਣਗੇ। ਜਦੋਂ ਮੈਂ ਲੈਣ ਗਿਆ ਇਹਨਾਂ ਨੇ ਉੱਥੇ ਬੰਦੇ ਇਕੱਠੇ ਕਰ ਲਏ ਅਤੇ ਬੰਦੇ ਇਕੱਠੇ ਕਰਕੇ ਮੈਨੂੰ ਮਾਰਨ ਪੈ ਗਏ, ਜਿੱਥੋਂ ਕਿ ਮੈਨੂੰ ਵਾਪਸ ਆਉਣਾ ਪੈ ਗਿਆ। ਪੰਚਾਇਤ ਨੂੰ ਵੀ ਇਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਉੱਥੋਂ। ਅਤੇ ਅੱਜ ਉਹ ਹੁਣ ਪਰਸੋਂ ਹਾਦਸਾ ਹੋਇਆ, ਸਾਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਵੀ ਜੋ ਹਾਦਸਾ ਹੋਇਆ ਇਹਨਾਂ ਦਾ। ਸਾਡੇ ਘਰੇ ਕੋਈ ਫੋਨ ਨਹੀਂ ਕਿਸੇ ਤਰ੍ਹਾਂ ਦਾ, ਕਿ ਇਹਨਾਂ ਨੂੰ ਕੋਈ ਮੈਸੇਜ ਦਿੱਤਾ ਹੋਵੇ ਜਾਂ ਸਾਨੂੰ ਕਿਸੇ ਨੂੰ ਫੋਨ 'ਤੇ ਕਿਹਾ ਹੋਵੇ। ਇਹ ਤਾਂ ਸਾਡੇ ਇੱਕ ਪਿੰਡ ਦੇ ਵਿੱਚੋਂ ਮੋਹਤਬਰ ਬੰਦੇ ਨੂੰ ਫੋਨ ਆਇਆ ਉੱਥੋਂ ਲਾਲਬਾਈ ਤੋਂ ਕਿ ਤੁਹਾਡੀ ਗੁੱਡੀ ਡੈਥ ਹੋ ਚੁੱਕੀ ਹੈ, ਕਿ ਅਟੈਕ ਹੋ ਗਿਆ ਇਹਨੂੰ, ਅਤੇ ਅਟੈਕ ਉਹਨੂੰ ਕਿਵੇਂ ਹੋ ਗਿਆ? ਅਟੈਕ ਤਾਂ ਗੁੱਡੀ ਦਾ ਮਾਰ ਕੇ ਇਹਨਾਂ ਨੇ ਰਾਤ ਨੂੰ ਡੈਡ ਬੋਡੀ ਬਠਿੰਡਾ ਛੱਡ ਕੇ ਹਸਪਤਾਲ ਦੇ ਵਿੱਚ, ਅਤੇ ਕੋਈ ਵੀ ਵਾਰਸ ਨਹੀਂ ਜੀ ਕਿ ਛੱਡ ਕੇ ਭੱਜਿਆ ਜੀ ਉੱਥੋਂ, ਇਹ ਡੈਡ ਬੋਡੀ ਬਠਿੰਡਾ ਜਮ੍ਹਾਂ ਕਰਵਾ ਕੇ ਵਾਪਸ ਆ ਗਏ ਜੀ। ਮੌਤ ਦਾ ਕਾਰਨ ਹਜੇ ਕੋਈ ਪਤਾ ਨਹੀਂ, ਇਹ ਨਹੀਂ ਪਤਾ ਇਹਨਾਂ ਨੇ ਕੀ ਕੀਤਾ, ਗਲਤ ਅਟੈਕ ਹੈ ਕੀ ਕੀਤਾ, ਇਹਨਾਂ ਨੇ ਕੁਛ ਦਿੱਤਾ, ਇਹ ਕੋਈ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਗਿਆ। ਹਜੇ ਗੁੱਡੀ ਦੀ ਮੌਤ ਕੀਤੀ ਗਈ ਹੈ, ਇਹ ਅਗਰ ਇਹ ਸੱਚੇ ਹੁੰਦੇ ਤਾਂ ਮੇਰੇ ਪਿੰਡ ਵੀ ਦੀ ਟੱਪਿਆ ਜਾਣ ਲੱਗੇ, ਜਦੋਂ ਲੈ ਕੇ ਗਏ ਤਾਂ ਮੈਨੂੰ ਨਾਲ ਲੈ ਕੇ ਜਾਂਦੇ, ਤਾਂ ਮੈਨੂੰ ਵੀ ਵਿਸ਼ਵਾਸ ਹੁੰਦਾ ਵੀ ਮੇਰੀ ਗੁੱਡੀ ਨੂੰ ਅਟੈਕ ਹੋਇਆ।
ये लगी सी जी लवारा कमेरा जी ब्लाक लंबी जिला मुक्तसर जी ए एन एम की पोस्ट है जी पहला लगे सी मैरिज तो नहीं जो प्राइवेट जॉब कर रहे डॉक्टर गुलशन दे अस्पताल बठिंडा उतों थोड़ा चिर हो गया उन्होंने हटाते उसे चाल चलन देख के हूँ उ पता नहीं भी कि लगे हुए सी उ हो सकता जी इन्होंने कोई मुँह का सराहना धरिया हो सकता कोई जहरीली चीज देती हो सकता भी किवें कोई बंदा नहीं आया जी उन्होंने ना कल कोई अस्पताल कल डेड बॉडी से उत्थे डॉक्टर साहब का कहना कि इतने छड़ के भज गए कोई नहीं बंदा डेड बॉडी पोस्टमार्टम तो इनकार करता कहते भी जब साढ़े कोई ट्रीटमेंट ही नहीं होया असी पोस्टमार्टम नहीं कर सकते तेरा मलो पोस्टमार्टम मलोट होगा उस तो बाद असी शाम पांच बजे डेड बॉडी लेके मलोट आई है अज तीसरा दिन है जी कोई पुलिस ने कार्रवाई नहीं की ए एस आई उत्थे पत्रकार को बयान दे रहा कहता जो अठ साल की तो मारी नहीं कहता अज क्यों मारती उन्होंने कहना उन्होंने सपोर्ट कर रही है पहला पुलिस वाले ने जो कार्रवाई पाई से अपना वो लिखता से भी सुसाइड किया इन्हें आत्महत्या की मैं जी आत्महत्या तो कर ही नहीं सकता जी बच्चा मैं उस तो बाद फिर जो साढ़े बयान ही नहीं ले जाते पर लिखण का अधिकार की है जो डैथ तो मेरी गुड्डी की हुई है बयान तो मेरे ले जाने से उत्थे वो अपने आप ही लिख रहा है पहला उस तो बाद पाड़ के दोबारा वो लिखवाया पर ਇਹ ਨਾ ਲੜਕੀ ਸੀ ਏ ਐਨ ਐਮ ਲਾਲ ਬਾਈ ਵਿਆਹੀ ਸੀਗੀ ਬਲਜਿੰਦਰ ਕੌਰ ਅਤੇ ਉਹਦੇ ਮੰਨ ਲਓ ਪਰਿਵਾਰ ਵਾਲੇ ਕਹਿੰਦੇ ਵੀ ਉਹਨਾਂ ਨੇ ਟੰਗ ਤੁੰਗ ਆ ਕੇ ਮਰੀ ਆ ਜਾਂ ਜ਼ਹਿਰ ਦਿੱਤਾ ਉਹਦੇ ਮੁਤਾਬਕ ਅਸੀਂ 306 ਦਾ ਪਰਚਾ ਕੱਲ੍ਹ ਦਰਜ ਕਰਤਾ ਅੱਜ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਕੀ ਕੋਈ ਉਹਨਾਂ ਦੀ ਗ੍ਰਿਫਤਾਰੀ ਵਗੈਰਾ ਨਹੀਂ ਗ੍ਰਿਫਤਾਰੀ ਦੇ ਰੇਡ ਕੀਤੇ ਮਿਲੇ ਨਹੀਂ ਕਿਹੜੇ ਦੋਸ਼ੀ ਕਿਤਾਬ ਇਹ ਚਾਰ ਜਣੇ ਆ ਜੀ ਪਤੀ ਸੱਸ ਸਹੁਰਾ ਅਤੇ ਦਿਓਰ बिलकुल सच ज्योतिष एक विद्या एक साइंस एस्ट्रोलॉजर बाबा धर्मिंदर जी का सारी दुनिया नू खुला चैलेंज की तुसी जिंदगी दी किसी भी समस्या तो परेशान हो कि तुहाडे व्याह विच हो रही है देरी कि तुसी संतान सुख तो वांझे हो कि तुहानू तुहाडा मनचाहा प्यार नहीं मिल रहा कि तुसी लाउणा चाहुंदे हो लॉटरी दा सही नंबर कि तुहानू नौकरी नहीं मिल रही कि तुहाडा वीजा नहीं लग रहा कि तुसी विदेश च पक्का होना चाहुंदे हो धन दी कमी बीमारी तो परेशानी घर बैठे बिठाए ही किया जाएगा तुहाडी समस्या दा समाधान फीस कम होने तो बाद ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲੇ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ ਜੋ ਕਰਦੇ ਨੇ ਮੁਫਤ ਸੇਵਾ ਮੁਫਤ ਸਮਾਧਾਨ